ਪੰਜਾਬੀ ਚੈਨਲ ਦੇਖ ਰਹਾ ਹੈ ਸਭੂ ਦਰਸ਼ਕਾਂ ਦਾ ਸਵਾਗਤ ਹੈ ਜਲਾਲਾਬਾੜ ਹਲਕੇ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕੰਬੋਜ 골ਡੀ ਵੱਲੋਂ ਚੋਣ ਪ੍ਰਚਾਰ ਜੋਰਾਂ ਤੇ ਹੈ ਇਸੇ ਕੀਤੇ ਜਾ ਰਹੇ ਚੋਣ ਪ੍ਰਚਾਰ 'ਚ ਜਗਦੀਪ ਕੰਬੋਜ਼ ਗੋਲਡੀ ਦੀ ਧਰਮ ਪਤਨੀ ਸੋਫੀਆ ਕੰਬੋਜ਼ ਵੱਲੋਂ ਵੀ ਚੋਣ ਪ੍ਰਚਾਰ 'ਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਸੋਫੀਆ ਕੰਬੋਜ਼ ਵੱਲੋਂ ਵੱਖ-ਵੱਖ ਪਿੰਡਾਂ 'ਵਿ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਆਓ ਜਾਣਦੇ ਹਾਂ ਕੀ ਕਹਿਣਾ ਹੈ ਸੋਫੀਆ ਕੰਬੋਜ਼ ਦਾ ਬਨੇਰੋ ਇਸ ਵੀਡੀਓ ਦੇ ਆਖਰ ਤੱਕ ਪੰਜਾਬੀ ਨਾਲ ਸਕਾਟ ਸਸਟ੍ਰਿਕਾ ਮੈਮ ਪਿੰਡਾਂ ਚ ਜਾਂਦੇ ਹੋ ਕਿੰਨਾ ਕੁ ਸਮਰਥਨ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਸਮਰਥਨ ਬਹੁਤ acha ਹੈ ਮੇਰੀ ਉਮੀਦ ਤੋਂ ਬਹੁਤ ਜ਼ਿਆਦਾ ਹੈ ਔਰ ਹਰ ਤਰਫ ਹੈ ਸਾਰੇ ਪਾਸੇ ਬਹੁਤ ਸਮਰਥਨ ਪਿੰਨ ਪਿੰਨ ਜਾਂਦੇ ਹੋ ਕੀ ਸਮੱਸਿਆਵਾਂ ਜ਼ਿਆਦਾ ਨੇ ਪਿੰਡਾਂ ਵਿੱਚ ਲੋਕਾਂ ਦੀਆਂ ਜ਼ਿਆਦਾਤ ਸਮੱਸਿਆਵਾਂ ਕੀ ਨੇ ਦੇਖਿਏ ਮੈਂ ਪਿੰਨ ਪਿੰਨ ਜਾ ਰਹੀ ਹਾਂ ਮੇਰੇ ਖਿਆਲ ਕੰਮ ਬਹੁਤ ਥੋੜਾ ਹੋਇਆ ਹੈ ਬਿਲਕੁਲ ਨਾ ਦੇ ਬਰਾਬਰ ਹੈ समस्या तो पीने के पानी की भी है रहने की जगह की भी है बच्चों की पढ़ाई की भी है अस्पतालों की भी है मतलब समस्या जो लिस्ट मांग दे जो ਤੁਸੀਂ ਲਿਸਟ ਮੰਗਦੇ ਤਾਂ ਫਿਰ ਹਰ ਗੱਲ ਤੇ ਸਵੇਰੇ ਸਵੇਰੇ ਸ਼ੁਰੂ ਹੋ ਜਾਈਏ ਤੇ ਸ਼ਾਮ ਤੱਕ ਸਮੱਸਿਆ ਹੀ ਸਮੱਸਿਆ ਹੈ ਹਲ ਕਿਸ ਚੀਜ਼ ਦਾ ਹੈ ਬਹੁਤ ਬੁਰਾ ਹਾਲ ਹੈ ਮੇਰੇ ਮੇਰੇ ਸਾਹਮਣੇ ਬਹੁਤ ਬੁਰਾ ਹਾਲ ਹੈ ਤੁਹਾਡੀ ਪਾਰਟੀ ਜੇ ਤੁਹਾਡੀ ਸਰਕਾਰ ਬਣਦੀ ਹੈ ਕਿੰਨੇ ਚਿਰਚੇ ਮਸਲੇ ਹੱਲ ਹੋ ਜਾਣ ਸਾਨੂੰ 5 ਸਾਲ ਵਾਸਤੇ ਮੰਡਟ ਮਿਲੇਗਾ ਜੇ ਪਾਰਟੀ ਆਏਗੀ ਪਾਰਟੀ पांच साल के लिए आ, आ, का, काम करेगी पाँच साल के लिए मैंडेट मिलेगा कितने कितने में हल हो जाएंगे हम पहले दिन से काम करना शुरू करेंगे जिमें जलालाबाद तो दे हो पार्टी ना दे पार्टी मुकाबला वेख हो मेरा किसी के नाम मुकाबला नहीं है झाड़ू का किसी के मुकाबला नहीं है क्योंकि मैं सोचती हे इलेक्शन जरा है ना इस वे वोटर के हाथ चला गया है ਕੋਈ ਵੀ ਵੋਟਰ ਜਦੋਂ ਕੁਝ ਵੀ ਫੈਸਲਾ ਲੈ ਰਿਹਾ ਹੈ ਜਾਂ ਆਪਣੀ ਆਪਣੀ ਤਰਫ ਆਪਣੇ ਵੱਲੋਂ ਕੋ ਇਸ਼ਾਰਾ ਦੇ ਰਿਹਾ ਹੈ ਤੇ ਰਿਜ਼ਲਟ ਤਾਂ ਵੋਟ ਤਾਂ ਹੀ ਹੈ ਤੇ ਵੋਟ ਇਲੈਕਸ਼ਨ ਜਿਹੜਾ ਹੈ ਉਹ ਵੋਟਰ ਦੇ ਹੱਥ ਆ ਗਿਆ ਉਹਨੇ ਫੈਸਲਾ ਲੈ ਲਿਆ ਹੈ ਉਹਨੇ ਫੈਸਲਾ ਹੁਣ ਇੰਪਲੀਮੈਂਟ ਕਰਨਾ ਹੈ ਵੀ ਤਰੀਕ ਨੂੰ ਤੇ ਦੇਖਦੇ ਹਾਂ ਵਧੀਆ ਰਹੇਗਾ ਕਿਤੇ ਕਿਤੇ ਵੇਖਣ ਨੂੰ ਮਿਲ ਰਿਹਾ ਕਿ ਜਨਤਾ ਕਹਿ ਰਹੀ ਹੈ ਕਿ ਇਹ ਜਿਹੜੀ ਪਾਰਟੀ ਹੈ ਜੁਮਲੇਬਾਜੀ ਪਾਰਟੀ ਹੈ ਸਿਰਫ ਜਿਹੜੀ ਜਿਵੇਂ ਨੌਜਵਾਨਾਂ ਜਿਵੇਂ ਹੁੱਲੜਬਾਜੀ ਹੈ ਕੀ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਕੋਈ ਵੀ ਕਹਿ ਰਿਹਾ ਜੇ ਸਾਰਿਆਂ ਨੂੰ ਯਕੀਨ ਹੈ ਅਰਵਿੰਦ ਕੇਜੂਲ ਸਾਹਿਬ ਦੇ ਕੰਮ ਤੇ ਦਿੱਲੀ ਤੇ ਮੈਂ ਸਾਰਿਆਂ ਨੂੰ ਪੁੱਛਦੀ ਆ ਵੀ ਜੇ ਜੇਕਰ ਦਿੱਲੀ 'ਚ ਕੋਈ ਕੰਮ ਨਾ ਹੋਏ ਹੁੰਦੇ ਕਿਉਂਕਿ ਅਸੀਂ ਹਲੇ ਤਾਂ ਉੱਥੇ ਹੀ ਹੈ ਨਾ ਅਸੀਂ ਸਾਡੀ ਸਰਕਾਰ ਸਿਰਫ ਉਧਰ ਹੀ ਹੈ ਤੇ ਜੇ ਦਿੱਲੀ ਸ਼ਿਕਾਇਤ ਕਰਦੀ ਤਾਂ ਪੰਜਾਬ ਵਾਸੀਆਂ ਨੂੰ ਕਿਸੇ ਨੂੰ ਨਾ ਪਤਾ ਲੱਗਦਾ ਉਲਟਾ ਉਲਟਾ ਦਿੱਲੀ ਦੇ ਕੰਮ ਸਾਰਿਆਂ ਨੇ ਵੇਖਿਆ ਸਾਰਿਆਂ ਵਪਾਰੀਆਂ ਨੇ ਵੀ ਸਾਰਿਆਂ ਦੇ ਫਰੈਂਡਸ ਨੇ ਬੱਚੇ ਪੜਦੇ ਵੀ ਹੈ ਬਾਹਰ ਵੀ ਸਾਰਿਆਂ ਨੇ ਦਿੱਲੀ ਦੇ ਕੰਮ ਵੇਖਿਆ ਤਾਂ ਯਕੀਨ ਵੋਟਰ ਨਾ ਆਇਆ ਖੜਾ ਹੈ ਬਾਕੀ ਇਸ ਤਰ੍ਹਾਂ ਦੀ ਗੱਲ ਕੋਈ ਹੁੱਲੜਵਾਜੀ ਹੈ ਤ ਕੁਛ 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 ਉਮੀਦਵਾਰ ਦੇ ਜਿਹੜੇ ਜਿਵੇਂ ਵੀ ਕਹਿ ਲੋ ਕਹ ਰਹੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੇ ਵਿੱਚ 55% ਜਿਹੜੇ ਦੂਜੇ ਪਾਰਟੀਆਂ ਤੋਂ ਨੇਤਾ ਆਏ ਨੇ ਔਰ ਇਹ ਜਿਹੜੀ ਪਾਰਟੀ ਹੈ ਵਾਸ਼ਿੰਗ ਦਾ ਕੰਮ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖਿਏ ਦੂਸਰੀ ਪਾਰਟੀ से नेता आए हैं नए ने नेता हैं पुराने नेता हैं ये ये सब तो इन सब बातों से कोई फर्क नहीं पड़ता है कोई कोई हमारी पार्टी में जो लोग नए आ रहे हैं वोटर भी नए आ रहे हैं ਜੋ ਲੋਕ ਸਪੋਰਟਰਸ ਹੈ ਉਹ ਵੀ ਨਏ ਆ ਰਹੇ ਤੁਸੀਂ ਇਸ ਤਰ੍ਹਾਂ ਇਹਦਾ ਮਤਲਬ ਹੈ ਨਾ ਕੋਈ ਨਵਾਂ ਬੰਦਾ ਆਵੇ ਨਾ ਤੇ ਕੋਈ ਨਾ ਕੋਈ ਨਿਆ ਬੰਦਾ ਜੁੜੇ ਇਸ ਤਰ੍ਹਾਂ ਤਾਂ ਪਾਰਟੀਆਂ ਨਹੀਂ ਵੱਧ ਸਕਦੀ ਇਹ ਇਹ ਤਾਂ ਕੋਈ ਸਵਾਲ ਹੀ ਨਹੀਂ ਹੈ ਇਸ ਤਰੀਕੇ ਦਾ ਇਸ ਵਾਰ ਆਮ ਆਦਮੀ ਪਾਰਟੀ ਨੇ ਸੀਐਮ ਭਗਵੰਤ ਮਾਨ ਨੂੰ ਹਲਾਣਾ ਕੀ ਫਰਕ ਪਵੇਗਾ 2017 ਚ ਤੇ ਹੁਣ ਚ ਕੀ ਫਰਕ ਹੈ ਫਰਕ ਜਿਵੇਂ ਮੁਹੱਬਤ ਹੈ ਮੁਹੱਬਤ ਦੀ ਤਾਂ ਕੋਈ ਕਮੀ ਨਹੀਂ ਹੈ ਭਗਵੰਤ ਮਾਨ ਸਾਹਿਬ ਦੀ ਸਾਹਿਬ ਜਿਹੜੀ ਮੁਹੱਬਤ ਹੈ ਪੂਰਾ ਪੰਜਾਬ ਦੋਨੋਂ ਦੋਨੋਂ ਤਰਫ ਹੈ ਭਗਵੰਤ ਮਾਨ ਸਾਹਿਬ ਆਪਣੇ ਪੰਜਾਬ ਨੂੰ ਕਿੰਨਾ ਪਿਆਰ ਕਰਦੇ ਉਹਨਾਂ ਦੀ ਹਰ ਹਰ ਗੱਲ ਤੋਂ ਹਰ ਇੱਕ ਸ਼ਬਦ ਤੋਂ ਇਹ ਜਿਹਾ ਲੱਗਦਾ ਹੈ ਤੇ ਜਿਹੜਾ ਉਹਨ ਪੰਜਾਬ ਹੈ ਉਹਨਾਂ ਨੂੰ ਕਿੰਨਾ ਪਿਆਰ ਕਰਦਾ ਹੈ ਇਹ ਇਹ ਵੀ ਦੇਖਣ ਨੂੰ ਮਿਲ ਰਿਹਾ ਉਹ ਸਾਡੇ ਸੀਐਮ ਇਨਸ਼ਾਅੱਲਾ ਉਹ ਸੀਐਮ ਕਾਮਯਾਬੀ ਨਾਲ ਸਰਕਾਰ ਚਲਾਣਗੇ ਸੀਐਮ ਬਣਨਗੇ ਅਸੀਂ ਵੇਟੀ ਕਰਦੇ ਆਂ ਔਰ ਜਲਾਲਾਬਾਦ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਜਲਾਲਾਬਾਦ ਕਈ ਕਈ ਤਾਂ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਉਹ ਇੱਕ ਵਾਰ ਹਾਰ ਗਿਆ ਸੀ ਪਰ ਉਹ ਉਹਨਾਂ ਦੀ ਹਾਰ ਦਾ ਬਦਲਾ ਲੈਣ ਦਾ ਟਾਈਮ ਆ ਗਿਆ ਜੀ ਤੁਸੀਂ ਗੱਲ ਕਰਦੇ ਹੋ ਵਿਕਾਸ ਜੀ ਵਿਕਾਸ ਦੇ ਨਾਲ ਇੱਕ ਬਹੁਤ ਵੱਡਾ ਪੰਜਾਬ ਦਾ ਜਿਹੜਾ ਮੁੱਦਾ ਹੈ ਨਸ਼ਿਆਂ ਦਾ ਮੁੱਦਾ ਤੁਹਾਡੀ ਸਰਕਾਰ ਇਸ ਵਾਸਤੇ ਕੀ ਉਪਰਾਲੇ ਕਰੇਗੀ ਭਗਵਾਨ ਪਾਨ ਸਾਹਿਬ ਉਪਰਾਲਾ ਜੋ ਵੀ ਕਰਨਗੇ ਉਹ ਬਹੁਤ ਸਟ੍ਰਿਕਟ ਹੋਏਗਾ ਇਹ ਮੈਨੂੰ ਯਕੀਨ ਹੈ ਬਹੁਤ ਸਟ੍ਰਿਕਟ ਉਪਰਾਲਾ ਕਰੇਗੀ ਇਤਨਾ ਸਟ੍ਰਿਕਟ ਉਪਰਾਲਾ ਕਰੇਗੀ ਕਿ ਕਿ ਮਤਲਬ ਉਹ ਇੱਕ ਮਿਸਾਲ ਬਣੇਗੀ ਸਾਰਿਆਂ ਵਾਸਤੇ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਕਈ ਸਾਲ ਪਹਿਲਾਂ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਇਹ ਆਪਣੀ ਇੱਕ ਇੱਕ ਜਨਰੇਸ਼ਨ ਸਾਡੀ ਖਰਾਬ ਹੋਈ ਹੈ ਦੋ ਦੋ ਜਨਰੇਸ਼ਨ ਉਹ ਛੋਟੇ ਬੱਚੇ ਵੀ ਮਤਲਬ ਕੋਈ ਬਹੁਤ ਹਾਲਾਤ ਬਦਤਰ ਹੈ ਨਸ਼ਿਆਂ ਨੂੰ ਲੈ ਕੇ ਤੇ ਉਹਦੇ ਤੇ ਮਤਲਬ ਇੱਕ ਚੋਟ ਉਹ ਉਹ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਨਾ ਵੀ ਲੋਹਾਰ ਦੀ ਚੋਟ ਕਰੇਗੀ ਸਾਡੀ ਜੀ ਲਾਸਟ ਇੱਕੋ ਕੁਐਸਚਨ ਨਾਲ ਆਪਾਂ ਐਂਡ ਕਰਾਂਗੇ ਕਿੰਨੀਆਂ ਵੋਟਾਂ ਲੀਡ ਕਰਕੇ ਤੁਸੀਂ ਜਲਾਲਾਬਾਦ ਨੂੰ ਫਤਿਹ ਕਰੋਗੇ ਜਿੰਨੇ ਵੋਟਰ ਮੈਨੂੰ ਵੋਟ ਕਰਨਗੇ ਉਹਨੇ ਲੀਡ ਆਵੇਗੀ ਨਹੀਂ ਅੰਦਾਜ਼ਾ ਤੁਹਾਡਾ ਕੀ ਮੇਰੀ ਕੋਈ ਕਿਸੇ ਦੇ ਨਾਲ ਟੱਕਰ ਨਹੀਂ ਹੈ ਮੈਨੂੰ ਆਪਣੇ ਵੋਟਰ ਤੇ ਯਕੀਨ ਹੈ ਔਰ ਮਾਹੌਲ ਤੇ ਬਹੁਤ ਯਕੀਨ ਹੈ ਕਿ ਇਹ ਕੰਬੀਨੇਸ਼ਨ ਜਿਹੜਾ ਹੈ ਨਾ ਬਹੁਤ ਸਟਰੋਂਗ ਬਣ ਗਿਆ ਮੇਰੇ ਫੇਵਰ ਚ ਹੈ ਇਹ ਇਹ ਕੰਬੀਨੇਸ਼ਨ ਇਹ ਬਣਿਆ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੀ ਸਰਕਾਰ ਦੇ ਕੰਮ भगवंत मान साहब की मुहब्बत तो उन्होंने पंजाब वल उन्हें सपने किस जिस तरह वो इम्प्लीमेंट करना चाहते उस तो बाद जगदीप में उसकी वाइफ उसकी उसकी मेहनत और उसकी गुडविल जो कहते हैं ना आपस में जो सबके साथ में उसका तालमेल है ये जो कॉम्बिनेशन है इसमें उसको हम लोगों को हराना जो है ना अब किसी के लिए पॉसिबल नहीं है लेकिन फिर भी हम जीत की अरदास करते हैं आखिरी वोट तक हम लड़ेंगे आ, अपने वोटर नो लास्ट संदेश दे दौ मेरे वोटर्स को मैं यकीन दिलाती हूँ कि आप वोट करें बहुत सेंसिबली वोट करें सोच समझ के वोट करें और मौका है पाँच साल का फैसला आपने लेना है तो मैं सारे बेनती करती हूँ कि झाड़ू वाल झाड़ू का काम वेख के झाड़ू का एक बदलाव दी, तुसी के की उम्मीद जी चाहते हो कि भी किवे द अपनी जिंदगी होनी चाहिए किवे द अपने अपने हालात होने चाहिए हैं उस हिसाब नी वोट करो पीसफुल इलेक्शन होना चाहिए ये भी मैं बेनती करती हूँ अपनी अथॉरिटीज़ में भी, भी बहुत पीसफुल और बहुत समझदारी अपना अपनी इस इस काम को ए, ए अपना डेमोक्रेटिक कंट्री है वोट वोट की ताकत वोट वोट सही है हमारा देश वोट सही है वो अच्छे से पीसफुल इलेक्शन हो ये भी उम्मीद मैं करती सत्या जी सत्या जी सर नाम थोड़ा सर मेरा नाम संदीप खराना सब तो पहला मैं अपने पंजाब बाणी जी का बहुत बहुत धनबाद कर रहा इतने पहुँचन का बहुत बहुत स्वागत है जी ਥੈਂਕ ਯੂ ਸਰ ਜਾਨਣਾ ਚਾਹਾਂਗਾ ਕਿ ਜਿਹੜੇ ਪੰਜਾਬ ਦਾ ਇਸ ਟਾਈਮ ਹਾਲਾਤ ਹੈ ਕਿ ਕਿਹੜੀ ਪਾਰਟੀ ਦੇ ਨਾਲ ਤੁਸੀਂ ਪਿੰਡ-ਪਿੰਡ ਜਾਂਦੇ ਹੋ ਜਾਂ ਵਿਰੋਧ ਮਿਲਣ ਨੂੰ ਮਿਲਦਾ ਜਾਂ ਪਿਆਰ ਮਿਲਦਾ ਹੈ ਪਿੰਡਾਂ 'ਚੋਂ ਵੇਖੋ ਜੀ ਅਸਵਰੀ ਅਸੀਂ ਪਿੰਡਾਂ-ਪਿੰਡ ਜਾਂਦੇ ਆ ਜਿਹੜੇ ਪਿੰਡਾਂ ਦੇ ਲੋਕ ਨੇ ਰਵਾਇਤੀ ਪਾਰਟੀਆਂ ਤੋਂ ਅੱਕੇ ਪੈਣੇ ਕਿਉਂਕਿ ਇਹਨਾਂ ਨੇ ਹਰੇਕ ਵਾਰੀ ਝੂਠੇ ਵਾਦੇ ਝੂਠੇ ਲਾਰੇ ਲਾਏ ਨੇ ਜਿਸ ਤਰ੍ਹਾਂ ਕਰ ਕਰ ਨੌਕਰੀ ਹੋ ਗਿਆ ਨਸ਼ਾ ਖਤਮ ਉਹ ਜਾ ਪੈਨਸ਼ਨ ਹੋ ਗਿਆ ਬੇਰਜ਼ਗਾਰੀ ਪਤਾ ਹੋ ਗਿਆ ਇਹਨਾਂ ਨੇ ਰੇਕਵਰੀ ਕੋਈ ਝੂਠੇ ਲਾਰੇ ਲਾਏ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਇਹਨਾਂ ਨੇ ਵਾਅਦਾ ਆਪਣਾ ਪੂਰਾ ਨਹੀਂ ਕੀਤਾ ਜੀ ਕਾਂਗਰਸ ਪਾਰਟੀ ਪਿੱਛੇ ਰਾਜ ਕਰ ਗਈ ਹੈ ਉਹਨਾਂ ਦੁਆਰਾ ਕਹਿ ਜਾਂਦਾ ਕਿ ਅਸੀਂ ਬਹੁਤ ਕੰਮ ਕੀਤੇ ਆ ਜਿਵੇਂ ਚੰਨੀ ਸਾਹਿਬ ਕਹਿੰਦੇ ਆ ਅਸੀਂ ਮਸਲੇ ਸਾਰੇ ਹੱਲ ਕੀਤੇ ਕੀ ਵੇਖਦੇ ਹੋ ਇਹਨਾਂ ਵੇਖੋ ਜੀ ਚੰਨੀ ਸਾਹਿਬ ਨੇ ਕੋਈ ਕੰਮ ਨਹੀਂ ਕੀਤਾ ਸਿਰਫ ਐਲਾਨ ਹੀ ਕੀਤੇ ਨੇ ਹੁਣ ਵੇਖੋ ਉਹਨਾਂ ਨੇ ਬੋਰਡ ਲਾਤੇ 36000 ਪੱਕੇ ਮੁਲਾਜ਼ਮ ਕਰਤੇ ਕਿ 36000 ਪੱਕੇ ਮੁਲਾਜ਼ਮ ਹੋ ਗਏ 5 ਮਰਲੇ ਅਸੀਂ ਸਾਰਿਆਂ ਨੂੰ ਪਲਾਟ ਦਿੱਤੇ ਕਿ ਗਰੀਬਾਂ ਨੂੰ 5-5 ਮਰਲੇ ਪਲਾਟ ਮਿਲ ਗਏ ਫਿਰ ਉਹਨਾਂ ਨੇ ਕਿਹਾ ਸੀ ਕੇਵਲ ਦਾ 100 ਰੁਪਈਆ ਕਿ ਅੱਜ ਵੀ ਅਸੀਂ ਉਹ 300 ਰੁਪਈਆ ਕੇਵਲ ਦੇ ਦੇ ਰਹੇ ਹਾਂ ਯਾਨੀ ਕਿ ਉਹਨਾਂ ਨੇ ਜਦੋਂ ਚੰਡੀ ਸਰਕਾਰ ਆਈ ਸੀ 88 ਫੈਸਲੇ ਲੈ ਸੀ ਕੈਬਨਿਟ ਦੇ ਵਿੱਚ ਸਿਰਫ 8 ਪੂਰੇ ਹੋਏ ਨੇ 80 ਉਹ ਉਹਨਾਂ ਦੇ ਛੁੱਟੇ ਲਾਰੇ ਸੀ ਤੇ ਐਲਾਨ ਐਲਾਨ ਹੀ ਹੋਏ ਸੀ ਸਿਰਫ ਤੁਹਾਡੀ ਪਾਰਟੀ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਕੀ ਕਰੇਗੀ ਦੇਖੋ ਜੀ ਅਸੀਂ ਦਿੱਲੀ ਦੇ ਵਿੱਚ ਪਹਿਲੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜੀਵਾਲੇ ਜਿਨ੍ਹਾਂ ਨੇ ਕਿਹਾ ਸੀ ਕਿ ਮੇਰੇ ਕੰਮ ਚੰਗੇ ਲੱਗੇ ਤਾਂ ਮੈਨੂੰ ਵੋਟ ਪਾ ਦਿਆ ਜੇ ਅਸੀਂ ਸਿਰਫ ਕੰਮ ਦੇ ਆਧਾਰ ਤੇ ਸ਼੍ਰੀ ਅਰਵਿੰਦ ਕੇਜੀਵਾਲੀ ਵੋਟ ਮੰਗਦੇ ਨੇ ਉਹਨਾਂ ਨੇ ਪਹਿਲੇ ਦਿਨ 49 ਦਿਨ ਦੀ ਸਰਕਾਰ ਬਣੀ ਸੀ ਦਿੱਲੀ ਦੇ ਵਿੱਚ ਉਹਨਾਂ ਨੇ ਸਕੂਲ ਵਧੀਆ ਬਣਾਤੇ ਹਸਪੀਟਲ ਵਧੀਆ ਬਣਾਤੇ ਰੋਜ਼ਗਾਰ ਵਧੀਆ ਬਣਾਤੇ ਬਡਾਪਾ ਪੈਨਸ਼ਨ ਉਹਨਾਂ ਨੇ ਆਪਣੇ ਇੱਥੇ ਇਹਨਾਂ ਨੇ ਸੇਵਾ ਕੇਂਦਰ ਖੋਲੇ ਉਹਨਾਂ ਨੇ ਸੇਵਾ ਕੇਂਦਰ ਹੀ ਬੰਦ ਕਰਤੇ ਉਹਨਾਂ ਨੇ ਇਹ ਕਿਹਾ ਸੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਇਹ ਆਪਣੇ ਗਰੀਬਾਂ ਦੇ ਜਿਹੜੇ ਆਪਾਂ 1-2 ਰੁਪਏ ਸੂਈ ਵੀ ਲੈਂਦੇ ਆ ਉਹਨਾਂ ਦੇ ਟੈਕਸ ਤੋਂ ਇਹ ਮੁਲਾਜ਼ਮ ਤਰਖਾਂ ਲਈ ਤੁਸੀਂ ਇਹਨਾਂ ਦੇ ਨੌਕਰ ਜੀ ਇਹ ਜਨਤਾ ਤੁਹਾਡੀ ਨੌਕਰ ਨਹੀਂ ਤੁਸੀਂ ਘਰ ਘਰ ਜਾਓ ਉੱਥੇ ਸਿਰਫ ਇੱਕ ਫੋਨ ਫੋਨ ਕਰਨਾ ਹੁੰਦਾ ਤੇ ਹਰੇਕ ਜਿਹੜਾ ਮੁਲਾਜ਼ਮ ਤੁਹਾਡੇ ਘਰੇ ਆਂਦਾ ਸਿਰਫ ਸਰਕਾਰੀ ਫੀਸ ਤੇ ਹੀ ਕੰਮ ਕਰਦਾ ਹੈ ਸਿਰਫ ਤਾਂ ਇਹ ਰਵਿੰਦਰ ਕੇ ਜੀ ਵੱਲ ਲਈ ਕਿਹਾ ਸੀ ਜੇ ਮੇਰੇ 49 ਦਿਨਾਂ ਦੀ ਸਰਕਾਰ ਚੰਗੀ ਲੱਗੀ ਤੇ ਮੈਨੂੰ ਦੁਬਾਰਾ ਵੋਟ ਪਾ ਦੇ ਬੇਸ਼ੱਕ ਤੁਸੀਂ ਜਿੰਨੂੰ ਮਰਜ਼ੀ ਵੋਟ ਪਾ ਸਕਦੇ ਜੀ ਅਸੀਂ ਵੀ ਇਸ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੇ ਜੀ ਬੰਦੀ ਹੈ ਪੰਜਾਬ ਦੇ ਵਿੱਚ ਬਾਦਚ ਅਸੀਂ ਪੰਜਾਬ ਵਾਲਾਂ ਕੋ ਵੋਟ ਮੰਗਣ ਨਹੀਂ ਆਵਾਂਗੇ ਅਸੀਂ ਸਿਰਫ ਪੰਜਾਬ ਵਾਸੀਆਂ ਨੂੰ ਇਹ ਕਹਾਂਗੇ ਜੇ ਸਾਡੀ 5 ਸਾਲ ਦੀ ਸਰਕਾਰ ਚੰਗੀ ਲੱਗੀ ਤਾਂ ਤੁਸੀਂ ਸਾਨੂੰ ਵੋਟ ਪਾ ਸਕਦੇ ਜੇ ਜਿੰਨੀ ਚੰਗੀ ਲੱਗੀ ਤਾਂ ਤੁਸੀਂ ਕਿਸੇ ਹੋਰ ਮਰਜ਼ੀ ਵੋਟ ਪਾ ਸਕਦੇ ਕਿੰਨਾ ਮਾਰਜਨ ਤੇ ਜਿੱਤਰੀ ਆਮ ਆਦਮੀ ਪਾਰਟੀ ਦੇਖੋ ਜੀ ਆਮ ਆਦਮੀ ਪਾਰਟੀ ਜੇ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ 900 ਸੀਟਾਂ ਆ ਰਹੀਆਂ ਨੇ ਇਸ ਵਾਰੀ ਅਸੀਂ ਜਲਾਲਾਬਾਦ ਵਿੱਚ ਭਾਈ ਜਗਦੀਪ ਕਮੋਜ 골ਡਨ 30 ਯਾਰ ਲੀਡ ਜਿਤਾ ਕੇ ਦਾਨ ਸਵਾ ਹਲਕੇ ਦੇ ਵਿੱਚ ਭੇਜਾਂਗੇ ਮਿਹਰਬਾਨ ਮਿਹਰਬਾਨ ਹਾਂਜੀ ਸਸਿਕਲ ਸਰ ਕੀ ਨਾਮ ਹੈ ਤੁਹਾਡਾ ਜੀ ਸਸਿਕਲ ਸਰ ਮੇਰਾ ਨਾਮ ਸ਼ੰਮੀ ਔਲਖਾ ਜੋਨ ਚਾਰਜ ਜੀ ਜੀ ਆਮ ਪਾਲਟੀ ਜੀ ਆਮ ਆਦਮੀ ਪਾਰਟੀ ਐਸਵਾਰ ਕਿਸ ਤਰ੍ਹਾਂ ਦੀ ਲਹਿਰ ਲੈ ਕੇ ਆ ਰਹੀ ਹੈ ਨਵੀਂ ਜੀ ਇਹ ਤਾਂ ਸਭ ਸਭ ਨੂੰ ਹੀ ਪਤਾ ਲੱਗਿਆ ਪਿਆ ਜੀ ਇਸ ਟਾਈਮ ਆਮ ਆਦਮੀ ਦੀ ਕਿੰਨੀ ਹਵਾ ਚੱਲ ਰਹੀ ਹੈ ਜੀ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਹਰੇਕ ਲੋਕ ਅੱਕ ਚੁੱਕੇ ਆ ਇਹਨਾਂ ਨੇ ਪਹਿਲਾਂ 10 ਸਾਲ ਕਾਲੀ ਪਾਰਟੀ ਨੇ ਰਾਜ ਕੀਤਾ ਉਹਨਾਂ ਨੇ ਕਿਸੇ ਦਾ ਕੁਛ ਨਹੀਂ ਸਵਾਰਿਆ ਉਸ ਤੋਂ ਬਾਅਦ 5 ਸਾਲ ਕਾਂਗਰਸ ਪਾਰਟੀ ਰਹੀ ਆ ਤੇ ਉਹਨਾਂ ਨੇ ਵੀ ਕੁਛ ਨਹੀਂ ਸਵਾਰਿਆ ਇੱਥੇ ਕੁਛ ਨਹੀਂ ਕੀਤਾ ਨਸ਼ਿਆਂ ਦੇ ਮੁੱਦੇ ਸੀ ਕਿ ਕੋਈ ਨਸ਼ੇ ਦੇ ਦੇਖ ਲਓ ਜਲਾਲਾਬਾਦ ਦੇ ਵਿੱਚ ਕਿੱਥੇ ਨਸ਼ਾ ਬੰਦ ਹੋਇਆ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਤੋਂ ਕਿੰਨੇ ਕੁ ਲੋਕ ਸੰਤੁਸ਼ਟ ਹੋ ਸਕਦੇ ਨੇ ਜੀ ਕਾਂਗਰਸ ਪਾਰਟੀ ਤੋਂ ਪਿਛੇ ਜੇ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਹੈ ਉਹਦੇ ਤੋਂ ਲੋਕ ਕਿੰਨੇ ਪਰਸੈਂਟ ਸੰਤੁਸ਼ਟ ਨੇ ਜੀ ਕਾਂਗਰਸ ਤੋਂ ਤਾਂ ਜੀ ਤੁਸੀਂ ਦੇਖ ਹੀ ਚੁੱਕੇ ਹੋ ਪਹਿਲਾਂ ਕੈਪਟਨ ਸਾਹਿਬ ਨੇ 4.5 ਸਾਲ ਤੱਕ ਕਿਸੇ ਨੂੰ ਆਪਣੀ ਸ਼ਕਲ ਨਹੀਂ ਦਿਖਾਈ ਉਸ ਤੋਂ ਬਾਅਦ ਇਹਨਾਂ ਨੇ ਚੰਨੀ ਨੂੰ ਲਾਅ ਦਿੱਤਾ ਮੁੱਖ ਮੰਤਰੀ ਚੰਨੀ ਸਾਹਿਬ ਨੇ ਲਾਣ ਹੀ ਕੱਲੇ ਕੀਤੇ ਆ ਲਾਣ ਤੋਂ ਕੁਝ ਹਟਕੇ ਤਾਂ ਕੋਈ ਕੀਤਾ ਨਹੀਂ ਕੋਈ ਵਾਅਦਾ ਨਹੀਂ ਪੂਰਾ ਕੀਤਾ ਕਾਂਗਰਸ ਸਰਕਾਰ ਦੇ ਕਾਫੀ ਦਾਅਵੇ ਨੇ ਕਿ ਅਸੀਂ ਬਹੁਤ ਜ਼ਿਆਦਾ ਪੰਜਾਬ 'ਚ ਵਿਕਾਸ ਕੀਤਾ ਹੈ ਔਰ ਕਈ ਥਾਵਾਂ 'ਤੇ ਨੌਕਰੀਆਂ ਦਿੱਤੀਆਂ ਨੇ ਉਹਦੇ ਸਬੰਧੇ ਤੁਹਾਡਾ ਕੀ ਕਹਿਣਾ ਹੈ ਸਰ ਜੀ ਕੋਈ ਵਿਕਾਸ ਨਹੀਂ ਕੀਤਾ 36000 ਦੇ ਵਿੱਚ ਉਹ ਕੱਲੇ 36 ਮੁਲਾਜ਼ਮ ਦਿਖਾ ਦੇਣ ਪੱਕੇ ਕੀਤੇ ਆ ਉਹਨਾਂ ਨੇ ਠੀਕ ਹੈ ਜੀ ਵਿਕਾਸ ਬਾਕੀ ਤੁਹਾਨੂੰ ਇੱਧਰ ਦਿਖਾ ਦਿਓ ਦੇਸੀ ਜਾਂਦਾ ਇਹ ਟਾਣੀ ਦੇ ਵਿੱਚ ਹੈਗੀ ਆ 250 ਵੋਟਾਂ ਪਹਿਲਾਂ ਕਾਲੀ ਪਾਰਟੀ ਵਾਲਿਆਂ ਨੇ ਇਹਨਾਂ ਨਾਲ ਵਾਅਦਾ ਕੀਤਾ ਵੀ ਤੁਹਾਡਾ ਰਸਤਾ ਪੱਕਾ ਕਰਾ ਕੇ ਚੌੜਾ ਕਰਵਾ ਕੇ ਜਾਵਾਂਗੇ ਇਹਨਾਂ ਤੋਂ ਝੂਠੇ ਵਾਅਦੇ ਕਰਕੇ ਵੋਟ ਲੈ ਗਏ ਉਸ ਤੋਂ ਬਾਅਦ ਕਾਂਗਰਸ ਪਾਰਟੀ ਦਾ ਆਬਲਾ ਸਾਹਿਬ ਆਇਆ ਇੱਥੇ ਉਹਨਾਂ ਨੇ ਵੀ ਇਹੀ ਲਾਰਾ ਲਾਇਆ ਵੀ ਤੁਸੀਂ ਸਾਰੀ ਵੋਟ ਸਾਨੂੰ ਟਾਣੀ ਪਾ ਦਿਓ ਤੇ ਅਸੀਂ ਤੁਹਾਡਾ ਰਸਤਾ ਪੱਕਾ ਕਰਵਾ ਕੇ ਪਾਣੀ ਦਾ ਨਿਕਾਸ ਕਰਾਂਗੇ ਇਹ ਤੁਹਾਡੇ ਸਾਹਮਣੇ ਹੈ ਇਹ ਬਿਲਕੁਲ ਗੱਲ ਕਰੀਏ ਹਲਕਾ ਜਲਾਲਾਂਪਾਦ ਦੀ ਤਾਂ ਇੱਥੇ ਮੁੱਖ ਕਿਹੜੇ-ਕਿਹੜੇ ਮੁੱਦੇ ਨੇ ਜੀ ਜਲਾਲਾਂਪਾਦ ਦੇ ਵਿੱਚ ਜੀ ਇੱਕ ਤਾਂ ਸਰਨਾਵ ਵੱਧ ਹੈਗੀ ਆ ਪਾਣੀ ਦੀ ਸਮੱਸਿਆ ਪੀਣ ਵਾਲੇ ਦੀ ਜੀ ਜੀ ਪੀਣ ਵਾਲਾ ਪਾਣੀ ਇੱਥੇ ਜ਼ਿਆਦਾਤਰ ਆਪਣੇ ਹੈਗੇ ਚੱਕ ਪੱਕੀ ਤੋਂ ਨਹਿਰ ਤੇ ਫੀਟ ਰੇੜੀਆਂ ਦੇ ਉੱਪਰ ਪਾਣੀ ਜਾਂਦਾ ਜਿਹੜੀ ਕਿ 10 20 ਰੁਪਏ ਦੀ ਕੰਨੀ ਹਰੇਕ ਬੰਦੇ ਨੂੰ ਪੀਣ ਲਈ ਮੁੱਲ ਲੈਣੀ ਪੈਂਦੀ ਆ ਪਾਣੀ ਦਾ ਸਰਨਾਵ ਵੱਧ ਕਿਉਂਕਿ ਪਾਣੀ ਦੇ ਕਾਰਨ ਕਾਫੀ ਅੱਗੇ ਮੌਤਾਂ ਵੀ ਆਈਆਂ ਆ ਤੁਸੀਂ ਖਬਰਾਂ ਦੇ ਵਿੱਚ ਪੜ੍ਹਦੇ ਹੋਵੋਗੇ ਇੱਥੇ ਕਾਲਾ ਪੀਲੀਆ ਵਗੈਰਾ ਕੈਂਸਰ ਦੀਆਂ ਬਹੁਤ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੂੰ ਜੀ ਜੀ ਠੀਕ ਤਾਂ ਆਮ ਆਦਮੀ ਪਾਰਟੀ ਵੱਲੋਂ ਹੋਰ ਕੀ ਕੀ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਪੰਜਾਬ ਨੂੰ ਕਿਸ ਤਰ੍ਹਾਂ ਦਾ ਬਣਾਵਾਂਗੇ ਜੀ ਇਹਨਾਂ ਦਾ ਆਮ ਪਾਰਟੀ ਦਾ ਦਿੱਲੀ ਦੇ ਵਿੱਚ ਤੁਸੀਂ ਦੇਖ ਹੀ ਚੁੱਕੇ ਆ ਜੀ ਬਾਕੀ ਸਾਰਿਆਂ ਦੀਆਂ ਲਗਭਗ ਕਿਸੇ ਦੇ ਕੋਈ ਫਰੈਂਡ ਰਹਿੰਦੇ ਆ ਕਿਸੇ ਦੀ ਰਿਸ਼ਤੇਦਾਰੀ ਆ ਕੁਛ ਉੱਥੇ ਹੈਗਾ ਸਾਰਿਆਂ ਨੂੰ ਉਹਦੇ ਬਾਰੇ ਨੌਲੇਜ ਆ ਉੱਥੇ ਜੋ ਦਿੱਲੀ ਦੇ ਵਿੱਚ ਕੰਮ ਹੋਇਆ ਉਸ ਤੋਂ ਵੱਧ ਕੇ ਪੰਜਾਬ ਦੇ ਵਿੱਚ ਕੰਮ ਕੀਤੇ ਜਾਣਗੇ